ਆਹ ਕਵਰ ਆ ਸੈਮਸੰਗ A15 ਦਾ ਵਧੀਆ ਐਂਗਲ ਬਣ ਗਿਆ ਹੁਣ ਥੱਲੇ ਥਰਮੋਕੋਲ ਲਾ ਦਿੱਤੀ ਨਾ ਮੈਂ ਪਰ ਐਕਸੀਡੈਂਟ ਹੋ ਗਿਆ ਯਾਰ ਇਹਨਾਂ ਨੇ ਲਾਇਦਾ ਕੰਡਕਟਰ ਬਚਾ ਹੋਊਗਾ ਬਹੁਤ ਭੈੜਾ ਐਕਸੀਡੈਂਟ ਹੋਇਆ ਬਹੁਤ ਭੈੜਾ बहुत टाइम लग जाएगा ना भरने में टाइम लग जाएगा पाइप ले करो पाइप पाइप चलो लगे रहो धीरे धीरे टाइम पास हो जाएगा मजा बड़ा आया लस्सी पी के एक और दिन ਲੋਈ ਅੱਜ ਤਾਂ ਮੌਸਮ ਹੀ ਬਹੁਤ ਘੈਂਟ ਸੀ ਉੱਤੇ ਤੁਸੀਂ ਦੇਖ ਲਿਆਉਣਾ ਵਾ ਕਿੰਨਾ ਵਧੀਆ ਵੈਦਰ ਸੀ ਚਾਹ ਮੈਂ ਦੁਕਾਨ ਤੋਂ ਥਰਮਾਕੋਲ ਲੈ ਕੇ ਆਇਆ ਵਾਂ ਇਹ ਤਾਂ ਲੈ ਕੇ ਆਇਆ ਜਿਹੜਾ ਮੈਂ ਬੈਗ ਰੱਖਦਾ ਨਾ ਚੈਸਟ ਮਾਊਂਟ ਉਹਦੇ ਬੈਕ ਸਾਈਡ 'ਤੇ ਇੱਥੇ ਮੈਂ ਲਾਉਣਾ ਸੀ ਥਰਮਾਕੋਲ ਇੱਧਰ ਉਹ ਤਾਂ ਕਰਕੇ ਵੀਡੀਓ ਜਦੋਂ ਮੈਂ ਬਣਾਉਂਦਾ ਨਾ ਐਂਗਲ ਥੱਲੇ ਨੂੰ ਰਹਿੰਦਾ ਸੀ ਮੋਬਾਈਲ ਦਾ ਥੱਲੇ ਨੂੰ ਜਦੋਂ ਮੈਂ ਇੱਧਰ ਲਾ ਦੂੰਗਾ ਕੁਛ ਇਹਦੇ ਪਿੱਛੇ ਫਿਰ ਐਂਗਲ ਥੋੜ੍ਹਾ ਇੱਦਾਂ ਹੋਜੂਗਾ ਕਿਉਂਕਿ ਮੈਂ ਝੋਕੇ 'ਚ ਲਾਉਂਦਾ ਵਾਂ ਫਿਰ ਮੋਬਾਈਲ ਹੋ ਜਾਂਦਾ ਥੱਲੇ ਨੂੰ ਜਿੱਦਾਂ ਆਪਾਂ ਮੋਟਰਸਾਈਕਲ 'ਤੇ ਜਾਣਾ ਜਾਂ ਸਕੂਟਰੀ 'ਤੇ ਹੈ ਨਾ ਜਾਂ ਕੋਈ ਵੀ ਸਾਈਕਲ ਆ ਜਿਹੜਾ ਸਿੱਧਾ ਆਪਾਂ ਸਟਰੇਟ ਹੋ ਕੇ ਚਲਾਉਂਦੇ ਹਾਂ ਫਿਰ ਤਾਂ ਇਹ ਪੂਰਾ ਓਕੇ ਆ ਆਹ ਰੋਡ ਬਾਈਕ ਲਈ ਓਕੇ ਨਹੀਂ ਹੈਗਾ ਥੱਲੇ ਨੂੰ ਹੋ ਜਾਂਦਾ ਕੈਮਰਾ ਜਦੋਂ ਵੀਡੀਓ ਮੈਂ ਰਿਕਾਰਡ ਕੀਤੀ ਸਾਰੀ ਬਾਅਦ 'ਚ ਘਰ ਆ ਕੇ ਵੇਖਿਆ ਮੈਂ ਕਿਹਾ ਯਾਰ ਇਹ ਤਾਂ ਕੰਮ ਹੀ ਖਰਾਬ ਹੋ ਗਿਆ ਹੁਣ ਮੈਂ ਇੱਕ ਤਾਂ ਇੱਧਰ ਗੱਤਾ ਲਾਇਆ ਦੇਖੋ ਹਿਲਦਾ ਵਾ ਹਿਲਦਾ ਸੀ ਮੋਬਾਈਲ ਵੀ ਹੁਣ ਇੱਧਰ ਮੈਂ ਕੋਈ ਜੁਗਾੜ ਲਾਉਣ ਨੂੰ ਸੋਚ ਰਿਹਾ ਮੈਂ ਲੈ ਕੇ ਆਇਆ ਸੀਗਾ ਥਰਮੋਕੋਲ ਅਤੇ ਆਹ ਆਪਣਾ ਕੀ ਨਾਂ ਇਹਦਾ ਗਲੂ ਸਟਿਕ ਇਹਨੂੰ ਮੈਂ ਲਾਇਆ ਸੀਗਾ ਇੱਧਰ ਇਹਦੇ ਥੱਲੇ ਪਰ ਚਿਪਕਿਆ ਨਹੀਂ ਬਿਲਕੁਲ ਵੀ ਥਰਮੋਕੋਲ ਨੂੰ ਵੀ ਨਾਂ ਲਾ ਕੇ ਜੁੜਿਆ ਨਹੀਂ ਚਿਪਕਿਆ ਹੁਣ ਮੈਂ ਲੈਣ ਜਾ ਰਿਹਾ ਵਾਂ ਡਬਲ ਟੇਪ ਜਿਹੜੀ ਟੇਪ ਦੋਨੇ ਪਾਸੇ ਕੰਮ ਕਰਦੀ ਆ ਹੁਣ ਦੇਖਦੇ ਹਾਂ ਉਹ ਕਾਮਯਾਬ ਹੁੰਦੀ ਕਿ ਨਹੀਂ ਇਹ ਲਾਸਟ ਆ ਬਸ ਫਿਰ ਮੈਨੂੰ ਕੋਈ ਹੋਰ ਹੀ ਜੁਗਾੜ ਲਾਉਣਾ ਪੈਣਾ ਜਿਹਦੇ ਨਾਲ ਵੀਡੀਓ ਐਂਗਲ ਸਹੀ ਰਹੇ ਚਲੋ ਚੱਲਦੇ ਹਾਂ ਦੁਕਾਨ 'ਤੇ ਲੈ ਕੇ ਆਉਂਦੇ ਹਾਂ ਚਲੋ ਜੀ ਆਹ ਲੈਂਦੀ ਆ ਡਬਲ ਟੇਪ ਇਹਦੇ ਨਾਲ ਓਕੇ ਆ ਕੰਮ ਥਰਮਾਕੋਲ ਚਿਪਕ ਗਈ ਆ ਇਹਦੇ 'ਤੇ ਇੱਥੇ ਲਾਊਂਗਾ ਹੁਣ ਥਰਮਾਕੋਲ ਨੂੰ ਕੱਟ ਕੇ ਡਬਲ ਕਰਕੇ ਮੋਟਾ ਕਰੂੰਗਾ ਇੱਧਰ ਲਾਊਂਗਾ ਚਲੋ ਜੀ ਹੁਣ ਸਾਰਾ ਕੰਮ ਓਕੇ ਆ ਵੀਡੀਓ ਘੈਂਟ ਬਣੂਗੀ ਹੁਣ ਪਿੱਛੇ ਮੈਂ ਮੋਟਾ ਲਾਤਾ ਥਰਮਾਕੋਲ ਆਪ ਹੀ ਡਬਲ ਕਰਕੇ ਜੋੜਿਆ ਦੇਖੋ ਡਬਲ ਟੇਪ ਨਾਲ ਹੁਣ ਇਹਦੇ ਨਾਲ ਇਹ ਕਿ ਪਿੱਛੇ ਜਿੰਨਾ ਮਰਜ਼ੀ ਮੋਟਾ ਲੱਗ ਜਾਵੇ ਅੱਗੋਂ ਮੈਂ ਐਂਗਲ ਨੂੰ ਥੱਲੇ ਵੀ ਕਰ ਸਕਦਾ ਹੁਣ ਉੱਪਰ ਵੀ ਕਰ ਸਕਦਾ ਵਾਂ ਹੁਣ ਪੂਰਾ ਓਕੇ ਆ ਜੇ ਮੋਟਰਸਾਈਕਲ ਚਲਾਉਣਾ ਵਾ ਤਾਂ ਵੀ ਓਕੇ ਆ ਸਾਈਕਲ ਚਲਾਉਣਾ ਤਾਂ ਵੀ ਓਕੇ ਆ ਬਸ ਇਹਨੂੰ ਮੈਂ ਕਾਲਾ ਕਰ ਦੂੰਗਾ ਚਿੱਟੇ ਕਲਰ ਨੂੰ ਜਿਹੜਾ ਚਿੱਟੇ ਰੰਗ ਦਾ ਨਾ ਥਰਮੋਕੋਲ ਇਹਦੇ 'ਤੇ ਕਾਲਾ ਰੰਗ ਲਾ ਦੇਣਾ ਤਾਂ ਕਿ ਲੱਗੇ ਕਿ ਇਹਦਾ ਹੀ ਪਾਰਟ ਆ ਇਹ ਚਲੋ ਆਪਾਂ ਚੈੱਕ ਕਰਦੇ ਹਾਂ ਐਂਗਲ ਚੈੱਕ ਕਰਦੇ ਹਾਂ ਆਪਾਂ ਚਲੋ ਜੀ ਆਹ ਚੈਸਟ ਨੂੰ ਲਾ ਲਿਆ ਵਾ ਅਤੇ ਹੁਣ ਆਪਾਂ ਐਂਗਲ ਚੈੱਕ ਕਰਦੇ ਹਾਂ ਚਲੋ ਆਹ ਕਵਰ ਆ ਸੈਮਸੰਗ A15 ਦਾ ਅਤੇ ਹੁਣ ਤੁਸੀਂ ਵੀ ਦੇਖ ਲਿਓਣੀ ਆ ਵੀਡੀਓ ਅਤੇ ਮੈਂ ਵੀ ਵੇਖ ਕੇ ਦੱਸ ਰਿਹਾ ਵਾਂ ਤੁਹਾਨੂੰ ਵਧੀਆ ਐਂਗਲ ਬਣ ਗਿਆ ਹੁਣ ਥੱਲੇ ਥਰਮਾਕੋਲ ਲਾ ਦਿੱਤੀ ਨਾ ਮੈਂ ਉਹ ਪਿਆ ਜੀ ਇਹਦੇ ਨਾਲ ਇੱਦਾਂ ਕਿ ਹੁਣ ਵੀਡੀਓ ਐਂਗਲ ਪੂਰਾ ਘੈਂਟ ਬਣੂਗਾ ਜਦੋਂ ਮੈਂ ਬੱਸ ਦੇ ਪਿੱਛੇ ਭਜਾ ਰਿਹਾ ਸੀ ਸਾਈਕਲ ਰੇਸ ਲਾ ਰਿਹਾ ਸੀ ਅਤੇ ਉਦੋਂ ਐਂਗਲ ਥੱਲੇ ਨੂੰ ਜ਼ਿਆਦਾ ਸੀ ਅਤੇ ਬੱਸ ਆ ਨਹੀਂ ਰਹੀ ਸੀ ਤਾਂ ਮੈਂ ਸੋਚਿਆ ਜਦੋਂ ਮੈਂ ਝੋਕਦਾ ਨਾ ਥੱਲੇ ਨੂੰ ਹੋਰ ਜ਼ਿਆਦਾ ਫਿਰ ਵੀਡੀਓ ਐਂਗਲ ਥੱਲੇ ਨੂੰ ਜਾਂਦਾ ਜੀ ਹੁਣ ਇਹਦੇ ਨਾਲ ਇਹ ਆ ਕਿ ਉੱਪਰ ਨੂੰ ਜਿੰਨੀ ਮਰਜ਼ੀ ਚੱਲ ਜੂਗੀ ਹੁਣ ਵੀਡੀਓ ਜਿੱਦਾਂ ਹੁਣ ਉਹ ਲਾਤੀ ਨਾ ਮੈਂ ਥਰਮਾਕੋਲ ਉੱਪਰ ਨੂੰ ਜਾ ਸਕਦੀ ਆ ਪਰ ਹੁਣ
ਜਿਹੜਾ ਐਂਗਲ ਆ ਉਹਨੂੰ ਮੈਂ ਥੱਲੇ ਵੀ ਕਰ ਸਕਦਾ ਵਾਂ। ਹੁਣ ਸਾਰਾ ਕੁਛ ਓਕੇ ਆ, ਜੇ ਮੈਂ ਮੋਟਰਸਾਈਕਲ 'ਤੇ ਬਹਿ ਕੇ ਵੀ ਵੀਡੀਓ ਬਣਾਵਾਂ ਤਾਂ ਮੈਂ ਐਂਗਲ ਨੂੰ ਐਂ ਕਰ ਸਕਦਾ ਸਿੱਧਾ। ਸਾਰਾ ਕੁਛ ਓਕੇ ਆ, ਹੁਣ ਬਸ ਉਹਨੂੰ ਕਾਲਾ ਰੰਗ ਕਰਨਾ ਮੈਂ, ਥਰਮਾਕੋਲ ਨੂੰ ਕਾਲਾ, ਬਸ ਬਾਕੀ ਸਾਰਾ ਕੁਛ ਹੁਣ ਓਕੇ ਆ। ਲੋ ਜੀ ਮੇਰੇ ਵੀਰੋ, ਚਲਦੇ ਚਲਦੇ ਸਮਰਾਲਾ ਚੌਂਕ ਆਉਂਦੇ ਹਾਂ ਅਤੇ ਮੈਂ ਸਟ੍ਰਾਵਾ ਔਨ ਕਰਨਾ ਭੁੱਲ ਗਿਆ, ਕਰੀਏ ਸਟ੍ਰਾਵਾ ਔਨ। ਤੁਸੀਂ ਵੀ ਸਟ੍ਰਾਵਾ ਐਪ ਡਾਊਨਲੋਡ ਕਰ ਲਓ, ਮੇਰੀ ਐਕਟੀਵਿਟੀ ਦੇਖ ਸਕਦੇ ਹੋ ਤੁਸੀਂ, ਫਿਰ ਇੱਦਾਂ ਸਟਾਰਟ ਕਰ ਦੇਣਾ। ਆਖੋ ਚੱਲ ਪਿਆ, ਆਹ ਲਾਈਨਾਂ ਬਹੁਤ ਬੇਕਾਰ ਆ, ਸਾਰਾ ਸਾਈਕਲ ਹਿੱਲ।
गर्मी बहुत ज्यादा मेरे को बुरा हाल हो गया। पहुंच गया जलंधर बाईपास, अज गुराया जाऊंगा 35-70 किलोमीटर। देसी साग तो बंदा जा रहा है, चिंतपुर्णी चले ना पक्का। हेलो क्या हाल है? अच्छा बच्चे पैसे मांगते पे, मैंने लगा मेरा सब्सक्राइबर। तुम्हें भी सोचा हो गया एक मैं सजे पासे किधर मारता, मैं पिछे वेख के फेर किया उधर, क्योंकि इधर पासे राह खराब ही झटके लगते ही डाल।
ਗਰਮ ਹੋ ਗਿਆ। ਅੱਗੇ ਪੰਪ ਆਊਗਾ ਉੱਥੇ ਭਰਾਂਗੇ ਠੰਡਾ ਪਾਣੀ। ਚਲੋ ਜੀ ਤੁਹਾਡਾ ਭਾਈ ਕਿਰਾਇਆ ਪਹੁੰਚ ਗਿਆ 35 ਕਿਲੋਮੀਟਰ ਹੋਣ ਵਾਲੇ ਆ। ਬੜਾ ਐਕਸੀਡੈਂਟ ਹੋ ਗਿਆ ਯਾਰ। कंडक्टर बचा होगा, कंडक्टर वाली साइड पूरी दबी गई है, ड्राइवर बच गया होगा। बहुत भैड़ा एक्सीडेंट होया, बहुत भैड़ा। एक पंप आ रहा खब्बे पास, पहले बोतल च पानी है पर मैं चलो अगो भर लेंगे यू टर्निंग। ਇੱਧਰੋਂ ਦੀ ਕੱਟ ਹੈਗਾ, ਹੁਣ ਮੈਂ ਥੱਲੇ ਨੂੰ ਹੋ ਜੂੰਗਾ, ਫਿਰ ਗੁਰਾਏ ਤੋਂ ਯੂ ਟਰਨਿੰਗ ਲਵਾਂਗੇ। ਕਿੱਥੋਂ ਭਰਦੇ ਹਾਂ ਠੰਡਾ ਪਾਣੀ। बहुत टाइम लग जाएगा ना भरने में, टाइम लग जाएगा। पाइप ले करो, पाइप पाइप है कोई रख लो, एक बार में दबाया बरते गए उसको। चलो लगे रहो धीरे धीरे, टाइम पास हो जाएगा। अच्छा ठीक, पहुंच गए हैं गुराया, हूँ लवेंगे यू टर्न।
ਮੌਸਮ ਵਧੀਆ ਹੋ ਗਿਆ ਮੇਰੇ ਵੀਰੋ, ਉੱਤੇ ਬੱਦਲ ਹੋ ਗਏ, ਠੰਡੀ ਹਵਾ ਚੱਲਦੀ ਪਈ ਆ, ਪਹਿਲਾਂ ਬਹੁਤ ਗਰਮ ਲੱਗੀ। ਕਾਫੀ ਥੱਲੇ ਜਾਣ ਨੂੰ ਬਹੁਤ ਵਧੀਆ ਕੱਟ ਬਣਾ, ਜਿੰਨੇ ਫਲੋਰ ਨੂੰ ਜਾਣਾ, ਪਹਿਲਾਂ ਐਕਸੀਡੈਂਟ ਹੋਣ ਦੇ ਵੱਧ ਚਾਂਸ, ਹੁਣ ਘੱਟ। ਹਾਂ ਮੌਸਮ ਬਹੁਤ ਘੈਂਟ ਹੋ ਗਿਆ ਮੇਰੇ ਵੀਰੋ, we'll be right back.
ਕੀ ਹਾਲ ਆ ਵਧੀਆ ਇੱਕ ਲੱਸੀ ਦਾ ਪੈਕਟ ਵੀ ਕਿਲੋ ਆਇਆ ਹਾਂਜੀ ਕੀ ਖਾਣਾ ਪੈਕਟ ਪੈਕਟ ਕੀ ਖਾਣਾ ਹਾਂਜੀ ਕੀ ਖਾਣਾ ਪੀਣਾ ਦੱਸੋ मेरे वीरो आप फिर आ गए अपने वीर भरा को गर्मी बहुत ज्यादा हम पीवे मिठी लस्सी मजा बड़ा आया लस्सी पी के एक और दिन इत बाहर ही ढक दे ढक्कन गर्म है ठंडी थोड़ी करता जी उदों ज़्यादा जी चलो जी लस्सी पी के मज़ा आ गया हूँ चले हैं घर ओके ब्रो मिलते हैं ना ना बस खा लिया खा लिया ओके मिलते हैं हाँ 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 हफ्ता का ओके ਪਰੇ ਕਾਲਾ ਮੇਰੇ ਵੀਰੋ ਮੌਸਮ ਬਹੁਤ ਠੰਡਾ ਹੋ ਗਿਆ ਵਧੀਆ ਹੋ ਗਿਆ
ਕਹਿਣ ਲੱਗਾ चलो जी अज की वीडियो आप इतने एंड करते हैं। तो वीडियो ने उतों तक पूरा देखा बहुत बहुत धन्यवाद टाटा। चलो जी चलते हैं, मिलते हैं अगली वीडियो। ओके टाटा, गुड बाय।